ਕਿਸ ਨੇ ਮਨ ਨਹੀਂ ਅਸਲਾਮੁਅਲੈਕੁਮ ਉਮੀਦ ਕਰਨਾ ਸਾਰੇ ਪਰਾ ਠੀਕ ਠਾਕ ਹੋਗੇ ਤੈ ਅਸਦੇ ਬਲੋ ਤੱਕ ਕਰਨ ਆਪਾਂ ਗਾਰ ਉਸ ਪਰ ਅਗਰ ਤੁਸੀਂ ਮੈਚ ਨਹੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਕਰ ਲਓ ਲਾਈਕ ਤੇ ਹੁਣ ਜਿਹੜਾ ਨਾ ਆਪਾਂ ਆਪਣੀ ਨਰਸਰੀ ਦੇ ਤੁਸੀਂ ਵੇਖਿਆ ਨਾ ਜਿਹੜੇ ਪਿੱਛੇ ਆਪਣੇ ਪਲਾਂਟ ਨੇ ਨਾ ਇਹ ਵਾਲੇ ਆਪਾਂ ਕੰਨੀ ਸੀ ਕਟਾਈ ਤੇ ਹੁਣ ਜਿਹੜੇ ਆਪਣੇ ਰਹਿ ਗਏ ਸੀ ਇਹ ਵਾਲੇ ਜਿਹੜੇ ਨੇ ਨਾ ਇਹ ਜਿਹੜੇ ਤੁਸੀਂ ਮੇਰੇ ਪਿੱਛੇ ਵੇਖ ਰਹੇ ਹੋ ਮਨੇਚਰ ਦੇ ਸੈਮੀ ਮਨੇਚਰ ਰਹਿ ਗਈ ਸੀ ਪਾਂਡਾ ਫੈਕਸ ਜਿਹੜੀ ਨਾ ਉਹਦੀ ਆਪਾਂ ਕਟਾਈ ਕਰਤੀ ਸੀ ਤੇ ਹੁਣ ਅੱਜ ਆਪਾਂ ਆਏ ਆ ਜੀ ਆਪਣੇ ਮਨੇਚਰ ਦੀ ਕਟਾਈ ਕਰਨ ਤੇ ਇਹ ਚਾਰ ਪੰਜ ਖੇਲਾਂ ਨੇ ਤੋੜੀ ਕਿੱਲੇ ਦੀ ਲੈਂਥ ਤੇ ਆਪਾਂ ਹੁਣ ਇਹਨਾਂ ਦੀ ਕੰਨੀ ਕਟਾਈ ਤੇ ਇਹ ਮੈਂ ਥੋੜੀ ਲਾਈ ਸੀ ਪਾਂਡਾ ᱫਿਆਦਾ ਲਾਇਆ ਸੀ ਤੇ ਹੁਣ ਆਪਾਂ ਇਹਦੀ ਕਟਾਈ ਲੱਗਿਆ ਸ਼ੁਰੂ ਕਰਨ ਤੇ ਇਹ ਕੰਮ ਵੀ ਅੱਜ ਆ ਉਹ ਉਹ ਖਾ ਕੰਮ ਕੋੜਾ ਕੋਟ ਕੱਪੜਾ ਨਹੀਂ ਬਣਾ ਮੇਰੇ ਦਾਦਾ ਨਸੀ ਆ ਕੇ ਮੈਂ ਅੱਜ ਇਹਦੀ ਕਟਾਈ ਕਰਾਂ ਲੇਕਿਨ ਬਣੀ ਗਿਆ ਦਾਦਾ ਫਿਲਹਾਲ ਤੇ ਤੇ ਪਾਸ ਲੱਗੇ ਆ ਜੀ ਇਹਦੀ ਕਟਾਈ ਸ਼ੁਰੂ ਕਰਨਾ ਤੇ ਹੁਣ ਆਪਾਂ ਕਰਨੇ ਆ ਜੀ ਇਹਦੀ ਕਟਾਈ ਸ਼ੁਰੂ ਇੰਨਾ ਬਹੁਤ ਦੀ ਆਪਾਂ ਕੰਨੀ ਕਟਾਈ ਆ ਜਿਹਦੇ ਵੱਡੇ ਵੱਡੇ ਦਸਰੇ ਨਾ ਕੋਣ ਇਹਨਾਂ ਦੀ ਏਖੋਰੀ ਹੋਈ ਏ ਕਟਾਈ ਤੇ ਹੁਣ ਅੱਜ ਜਿਹੜੀ ਨਾਲ ਨੇ ਦੂਸਰੀ ਕੰਨੀ ਨਾਲ ਦੀ ਕੋਣ ਬਣਾਣੀ ਏ ਤੇ ਇਹ ਜਿਹੜੀ ਨਾਲ ਤੁਸੀਂ ਦੇਖ ਸਕਦੇ ਹੋ ਤੇ ਹੁਣ ਆਪਾਂ ਲੱਗੇ ਆਂ ਸਟਾਰਟ ਕਰਨ ਕਾ ਸਾਰਿਆਂ ਦੀ ਆਪਾਂ ਕਟਾਈ ਕਰਤੀ ਆ ਵੇਖ ਸਕਦੇ ਤੁਸੀਂ ਆ ਵੀ ਕਟਿਆ ਗਿਆ ਉਹ ਗੋਲ ਬੋਲ ਵੀ ਸਾਰੇ ਹੋ ਗਏ ਤੇ ਵੀਡੀਓ ਬਣਾਉਣ ਦੀ ਚੇਤਨੀ ਨਹੀਂ ਦਿਆ ਤੁਹਾਨੂੰ ਬਣਾਣੇ ਵੀਡੀਓ ਹਾਂ ਚੈੱਕ ਕਰੋ ਹਾਈਬ੍ਰਿਡ ਮਿਰਚ ਲੱਗ ਵੀ ਗਈ ਜਿਆ ਚੈੱਕ ਕਰੋ ਤੇ ਉਹਨਾਂ ਸੋਟੀਆਂ ਵੀ ਲਾਤੀਆਂ ਸਿਰਫ ਹੁਣ ਛਾਪ ਰਹਿ ਗਿਆ ਪੌਣ ਵਾਲਾ ਜੀ ਇੱਧਰ ਵੇਖ ਲਓ ਤੁਸੀਂ ਭਈਆ ਉਹਨਾਂ ਹਾਈਬ੍ਰਿਡ ਉਹਨਾਂ ਮਿਰਚਾਂ ਨਾਲ ਆ ਵੀ ਦਿੱਤੀਆਂ ਨੇ ਮੈਂ ਹਜੇ ਪਨੀਰੀ ਦੀ ਲਾਉਣੀ ਏ। ਏਡਾ ਲੇਟ ਮੈਂ ਹੋਇਆ ਪਿਆ। ਅਜੇ ਮੈਂ ਪਨੀਰੀ ਲਿਆਣੀ ਏ ਕਾੜੇ ਜਾਣਾ ਉੱਥੋਂ ਬੀ ਲਿਆਉਣਾ ਬੀ ਲਿਆ ਆ ਕੇ ਪਨੀਰੀ ਲਾਣੀ ਤੇ ਫਿਰ ਮੈਂ ਪਨੀਰੀ ਦੇ ਮਹੀਨੇ ਚ 15-20 ਦਿਨਾਂ ਤਿਆਰ ਹੋਣੀ ਤੇ ਉਸ ਤੋਂ ਬਾਅਦ ਜਨਾਬ ਮੈਂ ਉਹਨੂੰ ਲਾਉਣਾ ਤੇ ਫਿਰ ਛੱਪ ਛੁੱਪ ਕਰਨਾ ਅਗਲਾ ਸੋਟੀਆਂ ਵੀ ਫਿਟ ਕਰਤੀਆਂ ਨੇ। ਮੇਰੇ ਕੋਲ ਦਵਾੜੇ ਦੀ ਪਨੀਰੀ ਯਾਨੀ ਕਿ ਹੈ ਤੇ ਉਸ ਤੋਂ ਬਾਅਦ ਯਾਨੀ ਕਿ ਕਿੱਲੇ ਦਾ ਮੈਂ ਹੋਰ ਲਾਣੀ ਏ ਯਾਨੀ ਕਿ ਡੇਢ ਕਿੱਲ ਲਾਣੀ ਆਪਾਂ ਇਨਸ਼ਾਅੱਲਾ ਤੇ ਉਹਦੀ ਪਨੀਰੀ ਜਿਹੜੀ ਆਜਾ ਨਿੱਕੇ ਨਿੱਕੇ ਪੌਦੇ ਨਾ ਮੈਂ ਕਹਿੰਨਾ ਇਹਨਾਂ ਨੂੰ ਮਾਫ਼ ਕਰਦੀ ਆ ਕਿ ਕਟਾਈ ਇਹਦੇ ਨੇ ਨਾ ਕਰੀਏ ਕਿਉਂਕਿ ਸਰਦੀ ਆਉਂਦੀ ਹੈ ਨਾ ਹੁਣ ਇਹ ਇੱਕ ਫੋਟ ਹੋ ਜਾਣਾ ਤੇ ਇਸ ਤੋਂ ਚੰਗਾ ਕਿ ਆਪਾਂ ਵੱਡੇ ਵੱਡੇ ਪੌਦੇ ਨੇ ਕਟਾਈ ਕਰਨੇ ਉਹ ਪਿੱਛੋਂ ਗਲਤੀ ਕੀਤੀ ਇਹਨਾਂ ਨਿੱਕਿਆਂ ਦੀ ਕਟਾਈ ਕਰਕੇ ਨਾ ਤੇ ਹੁਣ ਆਪਾਂ ਉਹ ਉਹ ਤੇ ਸਹੀ ਚਲੋ ਵੱਡਾ ਪੌਦਾ ਲੇਕਿਨ ਆਜ ਰਹਿਣਾ ਸਾਰੇ ਛੋਟੇ ਨੇ ਤੇ ਆਪਾਂ ਹੁਣ ਇਹਨਾਂ ਨੂੰ ਰਹਿੰਦੇ ਨੇ ਤੇ ਇਹਨਾਂ ਵੱਡਿਆਂ ਦੀ ਕਰਨੇ ਇੱਥੇ ਪਾਈਆਂ ਲੱਗੀਆਂ ਸੀ ਪੂਣ ਦੀ ਖਖਰ ਇੱਥੇ ਤੇ ਮੈਂ ਉਹਨੂੰ ਫਿਰ ਨਾ ਅੱਗ ਲਾਈ ਸੀ ਤੇ ਤੇ ਉਹਦੀ ਵੇ ਤਾਂ ਬੂਟੇ ਦੇ ਇੱਕ ਸਾਈਡ ਹੀ ਜਨਾਬ ਉੱਡ ਗਈ ਖਰਾਬ ਨੇ ਕਟਾਈ ਅੱਧਾ ਅੱਧਾ ਕੰਮ ਜਿਹੜਾ ਨਾ ਆਪਣਾ ਮੁਕੰਮਲ ਹੋ ਗਿਆ ਤੇ ਹੁਣ ਆਪਣਾ ਜਿਹੜਾ ਨਾ ਅੱਧਾ ਕੰਮ ਰਹਿ ਗਿਆ ਤੇ ਮੈਨੂੰ ਜਦੋਂ ਮੈਂ ਪੌਦੇ ਲਾਏ ਸੀ ਨਾ ਇੱਥੇ ਤਕਰੀਬਨ 1.5 ਸਾਲ ਪਹਿਲਾਂ ਮੈਨੂੰ ਬਿਲਕੁਲ ਵੀ ਇਹਦੇ ਬਾਰੇ ਐਕਸਪੀਰੀਅੰਸ ਨਹੀਂ ਸੀ ਹੈਗਾ ਕੋਈ ਮੈਨੂੰ ਇਹਦੇ ਬਾਰੇ ਪਤਾ ਨਹੀਂ ਸੀ ਹੈਗਾ ਜੀ ਕਿ ਇਹ ਕਿਵੇਂ ਕਟਾਈ ਕਰੀਦੀ ਕੀ ਕਰੀਦਾ ਕਿਵੇਂ ਨਾਲ ਦੇਖਭਾਲ ਇਹ ਉਹ ਜਿਹੜਾ ਕੰਮ ਤੁਹਾਨੂੰ ਨਹੀਂ ਨਾ ਆਂਦਾ ਉਹ ਚ ਅਗਰ ਤੁਸੀਂ ਵੜੋਗੇ ਪੰਗੇ ਲੋਗ ਉਹਦੇ ਨਾਲ ਤੇ ਫੇਰ ਹੀ ਤੁਹਾਨੂੰ ਕੰਮ ਜਿਹੜਾ ਨਾ ਉਹ ਕਰਨਾ ਆਏਗਾ ਤਾਂ ਅੱਜ ਤੋਂ ਮੈਂ ਨਰਸੀ ਦੇ ਕੰਮ ਚ ਵੜਿਆ ਮੈਨੂੰ ਕੋਈ ਯਾਨੀ ਕਿ ਨਰਸੀ ਦਾ ਕੰਮ ਸ਼ੁਰੂ ਕੀਤਾ ਕੋਈ ਯਾਨੀ ਕਿ ਮੈਨੂੰ ਤਕਰੀਬਨ 3-4 ਸਾਲ ਹੋ ਗਏ ਨੇ ਕੰਮ ਕਰਦੇ ਹੋਇਆ ਤੇ ਉਸ ਤੋਂ ਬਾਅਦ ਜਨਾਬ ਮੈਂ ਆ ਜਿਹੜੀ ਨਰਸਰੀ ਨਾ ਜ਼ਮੀਨੀ ਨਰਸਰੀ ਇਹ ਲਈ ਮੈਂ ਤਕਰੀਬਨ 1.5 ਸਾਲ ਹੋ ਗਿਆ ਤੇ ਉਸ ਤੋਂ ਬਾਅਦ ਜਨਾਬ ਮੈਂ ਇਹਨੂੰ ਦੇਖਭਾਲ ਇਹਦੀ ਕੀਤੀ ਚੰਗੀ ਤਰ੍ਹਾਂ ਫਿਰ ਮੈਨੂੰ ਕਟਾਈ ਵੀ ਹੋਲੀ ਦੀ ਮੈਂ ਕੈਂਚੇ ਨਾ ਪਹਿਲੇ ਮੈਂ ਕਟਾਈ ਕਰਵਾਈ ਕਿਸੇ ਕੋਲੋਂ ਇਹ 1400 ਪਲਾਂਟ ਸੀ ਤੇ ਉਹਨੇ ਜਨਾਬ ਮੇਰੇ ਕੋਲੋਂ ਲਿਆ ਇਹਦਾ 6000 5000 ਰੁਪਿਆ ਪਹਿਲੀ ਦਫਾ ਲਿਆ 3500 ਤੇ ਦੂਜੀ ਦਫਾ ਲਿਆ 5000 ਰੁਪਿਆ ਕਟਾਈ ਦਾ ਤੇ ਜੀ ਕਿ ਇਹ ਬੜੀ ਮੁਸ਼ਕਲ ਹੁੰਦਾ ਹੈ ਇਹ ਹੁੰਦਾ ਉਹ ਹੁੰਦਾ ਗੱਲਾਂ ਗੁਲਾ ਸੁਣਾ ਕੇ ਨਾ ਯਾਨੀ ਕਿ ਉਹਨੇ ਮੇਰੇ ਕੋ ਇਨੇ ਪੈਸੇ ਲੈ ਲਏ ਯਾਨੀ ਕਿ 8500 ਰੁਪਇਆ ਬਣ ਗਿਆ ਤੇ 8500 ਦੇ ਪੌਦੇ ਨਹੀਂ ਸੀ ਲੱਗੇ ਤੇ ਮੈਂ ਖੁਦ ਹੀ ਪੰਗੇ-ਪੰਗੇ ਲੈ ਕੇ ਤੇ ਜਨਾਬ ਹੁਣ ਮੈਂ ਸਿੱਖ ਦੀ ਇਜਾਜ਼ਤ ਹੁਣ ਮੈਂ ਆਪਣੀ ਕਟਾਈ ਆਪੇ ਕਰਨਾ ਜਿਹੜਾ ਕੰਮ ਤੁਹਾਨੂੰ ਨਹੀਂ ਆਉਂਦਾ ਉਹਦੇ ਵਿੱਚ ਤੁਸੀਂ ਸ਼ੁਰੂ ਕਰੋਗੇ ਤਾਂ ਹੌਲੀ-ਹੌਲੀ ਹੁੰਦਾ ਜਾਏਗਾ ਤੇ ਇਹ ਵੀ ਮੈਂ ਹੁਣ ਮੈਨੂੰ ਨਹੀਂ ਸੀ ਪਤਾ ਤਾਂ ਹੁਣ ਮੈਂ ਵੇਖ ਲੋ ਤੁਹਾਡੇ ਸਾਹਮਣੇ ਅਲਹਮਦੁਲਿਲਾ ਬਿਲਕੁਲ ਸਹੀ ਕਟਾਈ ਕਰ ਰਿਹਾ ਫਿਲਹਾਲ ਏਡੀ ਵੀ ਕਲੀਅਰ ਨਹੀਂ ਹੈ ਲੇਕਿਨ ਠੀਕ ਹੈ ਤੇ ਅਗਰ ਮੈਂ ਇਹੀ ਹੋਣ ਜਿੰਦੇ ਜਿਹਦੇ ਵੱਡੇ ਪਲਾਂਟ ਹੋਏ ਪਏ ਨੇ ਮੇਰੇ ਤੋਂ ਵੀ ਉੱਚੇ ਨੇ ਅਗਰ ਮੈਂ ਹੋਣ ਦੀ ਮੋਲ ਕਟਾਈ ਕਰਵਾਵਾਂ ਨਾ ਯਾਨੀ ਕਿ ਮਾਲੀ ਕੋ ਕਟਾਈ ਕਰਵਾਵਾਂ ਤੇ ਇਹਦੇ ਘੱਟੋ ਘੱਟ ਕੋਨੇ 800 ਤੋਂ 10000 ਰੁਪਿਆ ਫੀ ਯਾਨੀ ਕਿ ਮੰਗਣਾ ਹੋਣੇ ਇਹਦਾ ਇਹ 2.5 ਕਨਾਲ ਜਗ੍ਹਾ 'ਚ 1400 ਪੌਦੇ ਮ ਲਾਇਆ ਤੇ 1400 ਪੌਦੇ ਦਾ ਉਹਨੇ ਇਹ ਨਹੀਂ ਕਹਿਣਾ ਕਿ ਭਾਈ ਮੈਂ ਨਾ ਠੇਕਾ ਮਾਲਾ ਉਹਨੇ ਕਹਿਣਾ ਕਿ 10 ਰੁਪਿਆ ਇੱਕ ਪੌਦੇ ਦੇ 15 ਰੁਪਿਆ ਇੱਕ ਪੌਦੇ ਦੇ 8 ਰੁਪਿਆ ਇੱਕ ਪੌਦੇ ਦੇ ਐਸਾ ਉਹਨੇ ਗੱਲ ਕਰਨੀ ਜਿੰਨੇ ਪੌਦੇ ਕਟਾਂਗਾ ਉਹਨੇ ਪੈਸੇ ਤੇ ਹੁਣ ਐਸੇ ਚੰਗਾ ਆਪ ਹੀ ਕਰਨਾ ਐਸੇ ਤੋਂ ਭ ਅਜਿਹਾ ਤੇ ਜਿਹੜਾ ਨਾ ਪੰਗੇ ਸੰਗੇ ਲੋਗ ਹੈ ਜਿਹੜਾ ਵੀ ਕੰਮ ਹੈ ਉਹ ਚਵੜੋਗੇ ਸ਼ੁਰੂ ਕਰੋਗੇ ਤੇ ਫਿਰ ਹੀ ਤੁਹਾਨੂੰ ਪਤਾ ਲੱਗੇਗਾ ਤੇ ਐਸੇ ਤੋਂ ਜਨਾਬ ਆਪਾਂ ਹੁਣ ਸ਼ੁਰੂ ਕਰਤਾ ਦੇਖ ਸਕਦੇ ਹੋ ਕਿੱਡੇ ਪਿਆਰੇ ਆਪਾਂ ਪਲਾਨ ਜਿਹੜਾ ਕੋਨਾ ਬਣਾਤੀਆਂ ਤੇ ਹੁਣ ਜਿਹੜਾ ਨਾ ਅੱਧਾ ਕੰਮ ਆਪਣਾ ਨਿਬੜ ਗਿਆ ਪਿਛਲਾ ਜਾਂ ਜਿਹੜਾ ਪਿੱਛੇ ਹੈ ਨਾ ਆਪਣੇ ਪੌਦੇ ਇਹ ਰਹਿ ਗਏ ਨੇ ਜਿਹੜੇ ਇੱਧਰ ਨੇ ਨਾ ਇਹਲੇ ਸਾਰੇ ਹੋ ਗਏ ਨੇ ਤੇ ਹੁਣ ਨਾ ਮੈਨੂੰ ਇੱਕ ਕੰਮ ਇੱਕ ਛੋਟਾ ਜਿਹਾ ਮੈਂ ਜਾਣਾ ਕਿਤੇ ਕਿ ਐਸੇ ਤੋਂ ਨਾ ਜਨਾਬ ਮੈਂ ਲੇਟ ਹੋ ਰਿਹਾ ਤੇ ਹੁਣ 12 ਵਜ ਗਏ ਨੇ ਦਿਨ ਦੇ ਤੇ ਦੁਪਹਿਰ ਦੇ 12 ਵੱਜ ਗਏ ਨੇ ਤੇ ਹੁਣ ਆਪਾਂ ਨਾ ਨਿਕਲਨੇ ਆ ਕੰਮ ਕਮੂਨਾਂ ਨਾ ਪਟਾ ਕੇ ਤੇ ਵਾਪਸ ਆਨੇ ਤੇ ਇਹਨੂੰ ਸਵੇਰੇ ਕੱਟ ਲਾਂਗੇ ਤੇ ਬਰ ਹੁਣ ਚਲਿਏ ਘਰਾਂ ਨੂੰ ਜਾ ਕੇ ਕੱਪੜੇ-ਕੁਪੜੇ ਬਦਲੀਏ ਕਿਉਂਕਿ ਆਜ ਦੇ ਕੱਪੜੇ ਨੇ ਇਹਨਾਂ ਨਾਲ ਜਿਹੜੇ ਪੌਦੇ ਕੱਟਿਦੇ ਨੇ ਇਹਨਾਂ ਵਿੱਚੋਂ ਨਿਕਲਦਾ ਦੁੱਧ ਜਾ ਆ ਗਏ ਨਾ ਕੱਪੜੇ ਸਾਰੇ ਖਰਾਬ ਹੋ ਜਾਂਦੇ ਤਾਂ ਸੋ ਤਾਂ ਮੈਂ ਕੱਪੜੇ ਰੱਖੇ ਨੇ ਐਸੇ ਤੋਂ ਕੱਪੜੇ ਜਿਹੜੇ ਨਾ ਮੈਂ ਸਪੈਸ਼ਲ ਰੱਖੇ ਨੇ ਇਹਨਾਂ ਵਾਸਤੇ ਤੇ ਐਸੇ ਦੋ ਦੋ ਪਾਲੇ ਦੇ ਜਿਹੜੇ ਕਟਾਈ ਕਰਨੇ ਹਨ ਜਾ ਕੇ ਚੇਂਜ ਚੂਜ਼ ਕਰਨੇ ਆ ਤੇ ਨਿਕਲਨੇ ਦੁਬਾਰਾ ਅੱਜ ਦੇ ਬਲੋਗ ਦਾ ਤਲਾਸ਼ ਵੀ ਨੂੰ ਦਿਓ ਇਜਾਜ਼ਤ ਮਿਲਾਂਗੇ ਜੀ ਇਨਸ਼ਾਅੱਲਾ ਨੈਕਸਟ ਵਲੌਗ ਚ ਅੱਲਾ ਹਾਫਿਜ਼